ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਨਸ਼ਾ ਅਤੇ ਗਰੀਬੀ ਇਨਸਾਨ ਨੂੰ ਇਸ ਹੱਦ ਤੱਕ ਲੈ ਜਾਂਦਾ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਹੋ ਜਿਹਾ ਮਾਮਲਾ ਮੱਛੀਵਾੜਾ ਸਾਹਿਬ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਅਕਤੀ ਨੇ ਨਸ਼ੇ ਅਤੇ ਗਰੀਬੀ ਕਾਰਨ ਆਪਣੇ ਜਿਗਰ ਦੇ ਟੋਟੇ ਨੂੰ 50,000 ਵਿੱਚ ਕਿਸੇ ਨੂੰ ਗੋਦ ਦੇ ਦਿੱਤਾ, ਪਰ ਮਾਂ ਨੇ ਆਪਣੇ ਬੱਚੇ ਨੂੰ ਵਾਪਸ ਲੈਣ ਲਈ ਮੱਛੀਵਾੜਾ ਸਾਹਿਬ ਦੇ ਥਾਣੇ ਵਿੱਚ ਗੁਹਾਰ ਲਗਾ ਦਿੱਤੀ। ਜਾਣਕਾਰੀ ਅਨੁਸਾਰ ਮੱਛੀਵਾੜਾ ਖੇਤਰ ਦੇ ਇੱਕ ਪਿੰਡ ਵਿੱਚ ਰਹਿੰਦਾ ਨੌਜਵਾਨ, ਜਿਸ ਦੇ ਘਰ ਪਤਨੀ ਤੋਂ ਦੂਜਾ ਲੜਕਾ ਪੈਦਾ ਹੋਇਆ, ਘਰੇਲੂ ਕਲੇਸ਼ ਕਾਰਨ ਪਤੀ ਪਤਨੀ ਮੱਛੀਵਾੜਾ ਸਾਹਿਬ ਆ ਕੇ ਰਹਿਣ ਲੱਗ ਪਏ। ਘਰ ਵਿੱਚ ਗਰੀਬੀ ਅਤੇ ਪਤੀ ਨਸ਼ਿਆਂ ਦਾ ਆਦੀ ਹੋਣ ਕਾਰਨ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਨੇ ਨਵ ਜੰਮਿਆ ਬੱਚਾ ਆਪਣੇ ਪਹਿਚਾਣ ਵਾਲੇ ਪਰਿਵਾਰ ਨੂੰ ਗੋਦ ਦਵਾ ਦਿੱਤਾ ਸੀ। ਤਹਿਸੀਲ ਵਿੱਚ ਵੀ ਜਾ ਕੇ ਹਲਫੀਆ ਬਿਆਨ ਤਿਆਰ ਕਰਵਾ ਲਿਆ ਸੀ। ਗੋਦ ਲੈਣ ਵਾਲੇ ਪਰਿਵਾਰ ਨੇ 50,000 ਰੁਪਏ ਨਕਦ ਦੇ ਦਿੱਤੇ ਸਨ, ਪਰ ਦੂਜੇ ਪਾਸੇ ਗੋਦ ਦੇਣ ਵਾਲੀ ਮਾਂ ਦਾ ਕਹਿਣਾ ਹੈ ਕਿ ਸਾਨੂੰ ਸਿਰਫ 20,000 ਰੁਪਏ ਹੀ ਮਿਲੇ ਨੇ, ਜੋ ਕਿ ਉਸਦੇ ਘਰ ਵਾਲੇ ਨੇ ਨਸ਼ੇ ਵਿੱਚ ਹੀ ਉਜਾੜ ਦਿੱਤੇ। ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲੈਣਾ ਚਾਹੁੰਦੀ ਹੈ। ਇਸ ਸੰਬੰਧੀ ਉਸਨੇ ਬੱਚਾ ਗੋਦ ਲੈਣ ਵਾਲੇ ਪਰਿਵਾਰ ਨਾਲ ਵੀ ਸੰਪਰਕ ਕੀਤਾ, ਪਰ ਉਹਨਾਂ ਵੱਲੋਂ ਕੋਈ ਸਪਸ਼ਟ ਜਵਾਬ ਨਾ ਮਿਲਿਆ। ਗੋਦ ਦੇਣ ਵਾਲੀ ਮਾਂ ਨੇ ਮੱਛੀਵਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਬਾਕੀ ਤੁਸੀਂ ਆਪ ਹੀ ਸੁਣੋ ਕੀ ਹੈ ਪੂਰਾ ਮਾਮਲਾ। ਮੱਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਰਿਪੋਰਟ, ਕੈਮਰਾ ਪਰਸਨ ਕਮਲਜੀਤ ਦੇ ਨਾਲ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕੀ ਨਾਮ ਹੈ ਸਰ ਜੀ? ਮੇਰਾ ਨਾਮ ਫਾਰਮਜੀਤ, ਪਿੰਡ ਸਾਡਾ ਪਿੰਡ ਸਵਾਲਪੁਰ। ਕੀ ਹੋਇਆ ਸੀ, ਬੱਚਾ ਕੌਣ ਸੀਗਾ ਜੀ? ਮੇਰਾ ਪੋਤਾ ਆਇਆ, ਇੱਕ ਮਹੀਨੇ ਦਾ ਬੱਚਾ ਆਇਆ, ਕਨੌਲੀ ਡੋਬੂ ਕਨੌਲੀ ਜਨਾਨੀ, ਉਹ ਸਿੰਧੀ ਉਹਦਾ ਨਾਂ, ਉਹਦੇ ਮੇਰੀ ਨੌਂ ਕੋਲ ਬੱਚਾ ਦਵਾ ਦਿੱਤਾ। ਹੁਣ ਇਹ 45,000 ਕੋਈ 20,000 ਕਿੰਨਾ ਦਿੱਤਾ ਸੀ ਸਰ ਜੀ, ਸਾਨੂੰ ਕੋਈ ਪਤਾ ਨਹੀਂ ਹੈਗਾ। 3 ਦਿਨ ਹੋਏ ਤਾਂ ਮੇਰੇ ਕੋਲ ਆਇਆ, ਉਹਨੂੰ ਸਾਡਾ ਬੱਚਾ ਦਵਾ ਦਿੱਤਾ ਉਹਦੇ ਜਨਾਨੀ ਦੇ ਸਿੰਧੀ ਦੇ। ਤੁਹਾਡੀ ਬਹੂ ਨੇ ਦਿੱਤਾ ਜਾਂ ਬੇਟੇ ਨੇ ਦਿੱਤਾ? ਸਰ ਜੀ ਮਤਲਬ ਕਿ ਦੋਨਾਂ ਦੇ ਕੋਲੋਂ ਦਵਾ ਦਿੱਤਾ ਉਹਨਾਂ ਨੇ। ਦੋਏ ਦੇ ਉੱਤੇ ਸਰ ਜੀ ਸਾਨੂੰ 3 ਦਿਨ ਹੋਏ ਤਾਂ ਮਾੜਾ ਮੋਟਾ ਘਰ ਦਾ ਝਗੜਾ ਹੋਏ ਨੂੰ, ਅਤੇ ਉਹਦੇ ਵਿੱਚੋਂ ਸਾਨੂੰ ਇਹਨਾਂ ਨੇ 3 ਦਿਨ ਹੋਏ ਸਾਡੇ ਘਰ ਸਾਡੇ ਨਾਲ ਗੁੱਸੇ ਹੋ ਕੇ ਆ ਗਏ, ਇਹਨਾਂ ਨੇ ਸਾਡਾ ਬੱਚਾ ਦਵਾ ਤਾਂ ਸਾਨੂੰ ਨਹੀਂ ਪਤਾ ਸਰ, ਇਹਨਾਂ ਨੇ 20,000 ਤੱਕ ਕੀ ਦਿੱਤਾ ਹੈ, ਅਤੇ ਰਲ ਮਿਲ ਕੇ ਸਾਰੇ ਸਰ ਪੈਸੇ ਖਾ ਗਏ, ਅਤੇ ਹੁਣ ਸਾਡਾ ਬੱਚਾ ਸਰ ਵਾਪਸ ਮਿਲਣਾ ਚਾਹੀਦਾ ਸਾਡੇ ਪਾਸ ਹੱਥ ਬੰਨ ਕੇ, ਇਹੀ ਬੇਨਤੀ ਹੈ। ਅਸੀਂ ਪੈਸੇ ਵੀ ਸਰ ਦਿੰਦੇ 50,000 ਵੀ ਦਿੰਦੇ, ਚਲੋ ਇਹਨਾਂ ਨੇ ਖਾ ਲਿਆ ਤਾਂ ਉਹਨਾਂ ਨੇ ਕਹਿ ਲਿਆ ਸਰ, ਅਸੀਂ ਉਹ ਵੀ ਦਿੰਦੇ, ਸਾਡਾ ਬੱਚਾ ਵਾਪਸ ਮਿਲਣਾ ਚਾਹੀਦਾ ਸਰ। ਪਹਿਲਾਂ ਵੀ ਕੋਈ ਬੱਚਾ ਹੈ? ਹਾਂਜੀ ਸਰ, 2 ਸਾਲ ਦਾ, 3 ਸਾਲ ਹੋ ਗਿਆ ਮੇਰੇ ਕੋਲ ਹੀ ਆ, ਸ਼ੁਰੂ ਤੋਂ ਸਰ ਜਿੱਦਾਂ ਜਿੱਦਾਂ ਜਾਗੂ ਤੇ ਰਮੀਆਂ ਜਿੱਦਾਂ ਹੀ ਮੇਰੇ ਕੋਲ। ਬੱਚਾ ਵੇਚਣ ਦਾ ਕਾਰਨ ਕੀ ਬਣਿਆ, ਕਿ ਗਰੀਬੀ ਗਰੀਬ ਕਰਕੇ? ਗਰੀਬੀ ਚੱਕਰ ਨਹੀਂ ਹੈਗਾ ਸਰ, ਘਰੋਂ ਤਾਂ ਬਸ ਇਹ ਮਾੜਾ ਮੋਟਾ ਗੁੱਸੇ ਨਾਲ ਹੀ ਆਏ ਗਏ, ਇਹਨਾਂ ਨੂੰ ਸਾਨੂੰ ਤਾਂ ਪਤਾ ਹੁੰਦਾ ਸੀ ਤਾਂ ਸਰ ਇਹ ਕੰਮ ਕਰਨੇ ਨਹੀਂ ਦਿੰਦੇ, ਇਹਨਾਂ ਨੂੰ ਦਿਨ 'ਚ ਇਹਨਾਂ ਨੇ ਸਰ ਬੱਚਾ ਦੇਤਾ। ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਮੰਗ ਕਰਦੇ ਵੀ ਸਾਡਾ ਬੱਚਾ ਵਾਪਸ ਮਿਲਣਾ ਚਾਹੀਦਾ, ਚਲੋ ਜੋ ਸੀ ਇਹਨਾਂ ਨੇ ਗੱਲਿਆ ਦਿਆ ਸੀ ਉਹ ਵੀ ਮੋੜ ਨੂੰ ਤਿਆਰ ਆ ਸਰ, ਅਸੀਂ 3 ਦਿਨ ਹੋ ਗਏ ਸਾਨੂੰ ਪੈਸੇ ਲੈ ਕੇ ਮਗਰ ਘੁੰਮਦੇ ਹਨ ਵੀ ਸਾਡਾ ਬੱਚਾ ਸਾਨੂੰ ਵਾਪਸ ਮਿਲਣਾ ਚਾਹੀਦਾ, ਕੋਈ ਸੁਣਾਈ ਨਹੀਂ ਹੁੰਦੀ ਸਰ ਸਾਡੀ, ਅਸੀਂ ਦੂਜੀ ਵਾਰ ਦਰਖਾਸਤ ਦੇ ਚੁੱਕੇ। ਬਸ ਇਹੀ ਮੰਗ ਕਰਦੀ ਸਾਡੀ, ਸਾਨੂੰ ਸਾਡਾ ਬੱਚਾ ਵਾਪਸ ਮਿਲਣਾ ਚਾਹੀਦਾ। ਕੀ ਮਸਲਾ ਜੀ, ਕਿਹੜਾ ਪਿੰਡ ਆ?
ਸਹਿਬਾਜਪੁਰ ਪਿੰਡ ਹੈ ਜੀ ਸਾਡਾ, ਅਤੇ ਬੱਚੇ ਦਾ ਮਸਲਾ ਆ। 40 ਦਿਨਾਂ ਦਾ ਬੱਚਾ ਸੀ ਜੋ ਇਹਨਾਂ ਨੇ ਮੇਰੇ ਪਿੰਡ ਤੋਂ ਝਗੜਾ ਆਪਸ 'ਚ ਕਰਕੇ ਤਾਂ ਇੱਕ ਵੀ ਡੋਬੂ ਕਲੋਨੀ ਦੇ ਵਿੱਚ ਆ ਗਏ ਸੀਗੇ। ਉੱਥੇ ਦੀ ਇੱਕ ਲੇਡੀ ਨੇ 2 ਦਿਨ ਰਹੇ, 3ਜੇ ਦਿਨ ਇਹਨਾਂ ਦਾ ਬੱਚਾ ਕਿਸੇ ਨੂੰ ਦਵਾ ਦਿੱਤਾ 50,000 ਦੇ ਵਿੱਚ। ਸਾਨੂੰ ਨਹੀਂ ਪਤਾ ਉਹ ਵੇਚਿਆ ਗਿਆ ਜਾਂ ਗੋਦ ਦਿੱਤਾ ਗਿਆ, ਕੋਈ ਇਹਨਾਂ ਦੇ ਕੋਲ ਸਬੂਤ ਨਹੀਂ ਹੈਗਾ। ਅਤੇ ਅਸੀਂ 4 ਮਹੀਨਿਆਂ ਦਾ ਬੱਚਾ ਲੈਣ ਨੂੰ ਫਿਰਦੇ ਹਾਂ, ਸਾਨੂੰ ਕੋਈ ਵੀ ਬੱਚਾ ਨਹੀਂ ਮਿਲ ਰਿਹਾ। ਅਤੇ ਕੱਲ੍ਹ ਅਸੀਂ ਇੱਥੇ ਬੁਲਾਏ ਸੀਗੇ, ਆਏ ਨੇ, ਸਾਨੂੰ ਕਹਿੰਦੇ 50,000 ਰੁਪਇਆ ਵਾਪਸ ਕਰ ਦਿਉ, ਅਸੀਂ ਬੱਚਾ ਦਿੰਦੇ ਹਾਂ। ਅਸੀਂ 50,000 ਰੁਪਇਆ ਵੀ ਵਾਪਸ ਕਰਨ ਨੂੰ ਤਿਆਰ ਹੋ ਗਏ, ਤਾਂ ਉਹਨਾਂ ਨੇ ਸਾਨੂੰ ਉਹੀ ਲਾਰੇ ਲੱਪੇ ਲਾਏ। ਉਹਨਾਂ ਨੇ ਬਾਅਦ 'ਚ ਸਾਨੂੰ ਵੀ ਬੱਚਾ ਦੇਣ ਤੋਂ ਵੀ ਕਹਿੰਦੇ ਸਾਨੂੰ 10 ਦਿਨ ਦਾ ਟਾਈਮ ਦਿਓ, ਅਸੀਂ ਕੋਈ ਟਾਈਮ ਨਹੀਂ ਦਿੱਤਾ। ਸਾਡੀ ਪਾਰਟੀ ਨੇ ਕੋਈ ਟਾਈਮ ਨਹੀਂ ਦਿੱਤਾ, ਉਹ ਆਪਣੇ ਆਪ ਹੀ ਟਾਈਮ ਲੈ ਕੇ ਆਪਣੇ ਆਪ ਹੀ ਸੈਨ ਕਰਕੇ ਨਾਲ ਮੱਕੜ ਸਾਹਿਬ ਸੀਗੇ ਅਤੇ ਉਹ ਚਲੇ ਗਏ ਨੇ। ਸਾਨੂੰ ਵੀ ਇਹਨਾਂ ਨੇ ਸਾਹਿਬ ਨੇ ਟਾਈਮ ਦਿੱਤਾ ਸੀ ਅੱਜ 10 ਵਜੇ ਦਾ, ਅਸੀਂ 10 ਵਜੇ ਦੇ ਹੀ ਆ ਕੇ ਬੈਠੇ ਹੋਏ ਹਾਂ। ਤਾਂ ਹੁਣ ਤੱਕ ਵੀ ਸਾਨੂੰ ਨਾ ਬੱਚੇ ਵਾਲੇ ਆਏ ਨੇ, ਨਾ ਹੀ ਸਾਨੂੰ ਕੋਈ ਵੀ ਇਹਨਾਂ ਨੇ ਹੁਣ ਦੱਸਿਆ। ਸਾਨੂੰ ਹੁਣ ਕਹਿ ਰਹੇ ਨੇ ਵੀ ਕੱਲ੍ਹ ਨੂੰ 4 ਵਜੇ ਦਾ ਟਾਈਮ ਦਿੱਤਾ ਹੈ। ਤੁਸੀਂ ਕੋਈ ਰਿਪੋਰਟ ਲਿਖਾਈ ਹੈ ਥਾਣੇ? ਹਾਂਜੀ। ਕਿੰਨੀ ਦੇਰ ਹੋ ਗਈ? ਅਸੀਂ ਲਿਖਾਈ ਸੀ 4 ਦਿਨ ਪਹਿਲਾਂ, ਉਸ ਤੋਂ ਪਹਿਲਾਂ ਵੀ ਜਦੋਂ ਬੱਚਾ ਇਹਨਾਂ ਨੇ ਦਿੱਤਾ ਉਦੋਂ ਵੀ ਅਸੀਂ ਰਿਪੋਰਟ ਲਿਖਾਈ ਸੀ, ਦਾਦੀ ਨੇ ਲਿਖਾਈ ਸੀ ਉਦੋਂ, ਪਰ ਇਹ ਜਿਹੜੀ ਮਾਂ ਆ ਇਹ ਸਾਡੇ ਨਾਲ ਸਹਿਮਤ ਨਹੀਂ ਸੀ ਹੋਈ, ਕਿਉਂ ਇਹ ਜਿਹੜਾ ਮੁੰਡਾ ਆ ਇਹ ਨਸ਼ਿਆਈ ਹੈ, ਬਿਲਕੁਲ ਨਸ਼ਿਆਈ ਹੈ। ਮੈਨੂੰ ਨਹੀਂ ਪਤਾ ਇਹਨੂੰ 20,000 ਦਿੱਤਾ, ਮੈਨੂੰ ਨਹੀਂ ਪਤਾ ਇਹਨੂੰ 50,000 ਦਿੱਤਾ, ਪਰ ਇਸ ਇਹਨੇ ਕੁਛ ਨਹੀਂ ਕੀਤਾ, ਉਹ ਸਾਰਾ ਨਸ਼ਾ ਹੀ ਖਾਧਾ। ਤੁਸੀਂ ਹੁਣ ਕੀ ਚਾਹੁੰਦੇ ਸਰਪੰਚ ਸਾਹਿਬ? ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਸਾਡੇ ਨਾਲ ਇਨਸਾਫ਼ ਹੋਵੇ, ਸਾਡਾ ਬੱਚਾ ਸਾਨੂੰ ਵਾਪਸ ਮਿਲਣਾ ਚਾਹੀਦਾ। ਸਰ ਇੱਕ ਮਾਮਲਾ ਆਇਆ ਹੋਣਾ ਬੱਚੇ ਦਾ, ਗੋਦ ਲੈਣ ਦਾ, ਕੀ ਮਾਮਲਾ ਹੈ ਪੂਰਾ, ਕਿਹਦੇ ਵੱਲੋਂ? ਦੇਖੋ ਜਿੱਥੇ ਤੱਕ ਤਾਂ ਜੀ ਸਾਡੇ ਕੋਲ ਮਾਮਲਾ ਜਿਹੜਾ ਪਹੁੰਚਿਆ, ਕਮਲਜੀਤ ਕੌਰ ਹੈਗੀ ਹੈ ਸ਼ਹਿਬਾਜਪੁਰ ਦੀ ਲੇਡੀ ਇੱਕ, ਉਹ ਕਹਿੰਦੀ ਵੀ ਮੇਰੇ ਨਾਲ ਜਿਹੜਾ 20-21 ਨੂੰ ਬੇਟਾ ਹੋਇਆ ਸੀਗਾ ਉਹ ਹਰਪ੍ਰੀਤ ਸਿੰਘ ਵਾਸੀ ਦੌਲਤਪੁਰ ਦਾ, ਇਹਦੇ ਜਾਣਕਾਰੀ ਹੈ ਕੋਈ? ਉਹ ਕਹਿੰਦੀ ਨੇ ਵੀਂਗ ਮਤਵੰਨਾ ਜਿਹਨੂੰ ਗੋਦ ਲੈਣਾ ਦੇ ਦਿੱਤਾ ਸੀਗਾ, ਅਤੇ ਕਹਿੰਦੀ ਜਦੋਂ ਮੈਨੂੰ ਗੋਦ ਦਿੱਤਾ ਤਾਂ ਇਹਨੇ ਮੈਨੂੰ ਕਿਹਾ ਸੀ ਸਾਡੇ ਕੋਲ ਬਹੁਤ ਜ਼ਿਆਦਾ ਜ਼ਮੀਨ ਜ਼ਮੂਨ ਸਭ ਕੁਛ ਹੈਗਾ, ਅੱਛਾ ਘਰ ਹੈਗਾ, ਵੀ ਅਸੀਂ ਇਹਨੂੰ ਬਤੌਰ ਬੱਚੇ ਨੂੰ ਪਾਲਾਂਗੇ, ਦੋਨਾਂ ਤਰ੍ਹਾਂ ਦੀ ਸਹਿਮਤੀ ਨਾਲ ਹੋਇਆ ਜੋ ਹੋਇਆ ਹੈ, ਬੀਂਗ ਮਤਵੰਨਾ ਦਿੱਤਾ ਜਿਹੜਾ ਇਹਨਾਂ। ਪਰ ਉਹ ਕਹਿੰਦੀ ਹੁਣ ਮੈਨੂੰ ਪਤਾ ਲੱਗਾ ਵੀ ਇਹਦਾ ਖੁਦ ਕਿਰਾਏ 'ਤੇ ਰਹਿੰਦੇ, ਲੇਬਰ ਕਰਦੇ, ਕੋਈ ਨਾ ਕੋਈ ਜ਼ਮੀਨ ਨਹੀਂ ਹੈਗੀ, ਹੁਣ ਮੇਰਾ ਬੱਚਾ ਵਾਪਸ ਦਵਾਇਆ ਜਾਵੇ। ਸਾਡੇ ਕੋਲ ਕੱਲ੍ਹ ਦਰਖਾਸਤ ਆਈ ਹੈ ਅਤੇ ਅੱਜ ਅਸੀਂ ਕਾਲ ਕੀਤੇ ਹੋਏ ਸੀਗੇ 10 ਵਜੇ, ਇੱਕ ਪਾਰਟੀ ਆ ਗਈ ਸੀ, ਇੱਕ ਪਾਰਟੀ ਨਹੀਂ ਆਈ, ਅਤੇ ਦੂਜੀ ਪਾਰਟੀ ਜਦੋਂ ਆ ਗਈ ਉਹਨਾਂ ਤੋਂ ਪੂਰਾ ਵੈਰੀਫਾਈ ਕਰਕੇ ਜੋ ਵੀ ਇਹਦਾ ਫੈਕਟ ਹੋਇਆ, ਲੀਗਲ ਐਕਸ਼ਨ ਹੋਇਆ, ਜਿਸ ਤਰ੍ਹਾਂ ਵੀ ਹੋਇਆ ਉਸ ਤਰ੍ਹਾਂ ਅਮਲ 'ਚ ਲਿਆਵਾਂਗੇ ਅਸੀਂ। ਕੋਈ ਲੈਣ ਦੇਣ ਦੀ ਵੀ ਗੱਲ ਕਹੀ ਗਈ ਹੈ ਉਹਨਾਂ ਨੇ ਵੀ 50,000 'ਚ ਬੱਚਾ ਦਿੱਤਾ ਜਾਂ 20,000 ਰੁਪਏ? ਦੇਖੋ ਅਜੇ ਤੱਕ ਕੋਈ ਡਾਕੂਮੈਂਟਰੀ ਤੌਰ 'ਤੇ ਸਾਡੇ ਕੋਲ ਡਾਇਰੈਕਟਲੀ ਕਿਸੇ ਨੂੰ ਲੈਣ ਜਾਂ ਦੇਣ ਦੀ ਗੱਲ ਨਹੀਂ ਆਈ ਹੈਗੀ, ਅਤੇ ਜਵਾਨੀ ਸਾਡੇ ਕੋਲ ਪ੍ਰੋਪਰ ਸ਼ਾਮਲ ਪੜਤਾਲ ਦੋਨੇ ਤਰ੍ਹਾਂ ਹੋਈਆਂ ਨਹੀਂ ਹੈ, ਜਦੋਂ ਦੋਨੇ ਤਰ੍ਹਾਂ ਸ਼ਾਮਲ ਪੜਤਾਲ ਹੋਣਗੇ ਫਿਰ ਹੀ ਇਹਨੂੰ ਪੁੱਛ ਕੇ ਕਿਹਾ ਜਾ ਸਕਦਾ ਕੁਛ ਵੀ ਹਕੀਕਤ ਕੀ ਆ, ਕਹਿੰਦੇ ਫਿਰ ਬਿਆਨ ਲਿਖ ਕੇ ਗੱਲਬਾਤ ਪੁੱਛ ਕੇ ਫਿਰ ਦੱਸਾਂਗੇ ਹਕੀਕਤ ਕੀ ਹੈ। ਮਾਮਲਾ ਅੰਡਰ ਇਨਕੁਆਇਰੀ ਹੈ। ਥੈਂਕ ਯੂ ਜੀ।